ਜਲੰਧਰ ਵਿੱਚ ਵਿਦਿਆtham ਵਿੱਚ ਚੱਲ ਰਿਹਾ 15 ਦਿਨਾਂ ਆਧਾਰ ਵਰਗ ਅੱਜ ਸਮਾਪਤ ਹੋ ਗਿਆ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦਿਆਭਾਰਤੀ ਉੱਤਰ ਖੇਤਰ ਦੇ ਉਪ ਪ੍ਰਧਾਨ ਸੁਰਿੰਦਰ ਅਤਰੀ ਨੇ ਕਿਹਾ ਕਿ ਕਿਸੇ ਵੀ ਰਾਸ਼ਟਰੀ ਦੀ ਤਰੱਕੀ ਲਈ ਉਸ ਦਾ ਸਿੱਖਿਆ ਪ੍ਰਬੰਧ ਉਸ ਦੀ ਸੰਸਕ੍ਰਿਤੀ ਨਾਲ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਵਿਦਿਆਭਾਰਤੀ ਵੱਲੋਂ ਇਸ ਤੱਥ ਤੇ ਸ਼ੁਰੂ ਤੋਂ ਹੀ ਧਿਆਨ ਦਿੱਤਾ ਗਿਆ ਹੈ ਸੁਰਿੰਦਰ ਰਤਰੀ ਨੇ ਕਿਹਾ ਕਿ ਵਿਦਿਆਪਾਰਤੀ ਦਾ ਟੀਚਾ ਸਿਰਫ ਸਕੂਲ ਚਲਾਉਣਾ ਨਹੀਂ ਬਲਕਿ ਸਮਾਜ ਵਿੱਚ ਸਿੱਖਿਆ ਦਾ ਮਾਡਲ ਖੜਾ ਕਰਨਾ ਹੈ ਜ਼ਿਕਰਯੋਗ ਹੈ ਕਿ 14 ਤੋਂ 28 ਮਾਰਚ ਤੱਕ ਵਿਦਿਆਥਾਮ ਵਿੱਚ ਸਰਵਹਿੱਤਕਾਰੀ ਵਿਦਿਆਮੰਦਰਾਂ ਦੇ ਨਵੇਂ ਚੁਣੇ ਗਏ ਆਚਾਰਿਆ ਅਤੇ ਦੀਦਿਆ ਲਈ ਆਧਾਰ ਵਰਗ ਦਾ ਆਯੋਜਨ ਕੀਤਾ ਗਿਆ ਸੀ